ਅੱਜ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਹੁਣ ਪੰਜਾਬ ਦੇ ਹੱਥੋਂ ਜਾਂਦੀ ਹੋਈ ਨਜ਼ਰ ਆ ਰਹੀ ਹੈ ਪਹਿਲੇ ਚੰਡੀਗੜ੍ਹ ਔਰ ਹੁਣ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਜਾਂਦੀ ਹੋਈ ਨਜ਼ਰ ਆ ਰਹੀ ਹੈ ਇਸ ਵਾਰ ਕਿਸੇ ਹੋੜ ਨਹੀਂ ਨਹੀਂ ਬਲਕਿ ਪੰਜਾਬ ਔਰ ਹਰਿਆਣਾ ਹਾਈ ਕੋਰਟ ਨੇ ਇਸ ਤੇ ਸੁਣਵਾਈ ਕੀਤੀ ਔਰ ਕਿਹਾ ਹੈ ਕਿ ਅਗਲੀ ਤਰੀਖ 31 ਅਗਸਤ ਨੂੰ ਰੱਖੀ ਗਈ ਹੈ ਜਿਸ ਤੇ ਇਸ ਫੈਸਲੇ ਨੂੰ ਲੈ ਕੇ ਸੁਣਵਾਈ ਹੋ ਸਕਦੀ ਹੈ ਪੰਜਾਬ ਦੇ ਹੱਥੋਂ ਪੰਜਾਬ ਯੂਨੀਵਰਸਿਟੀ ਵਾਪਸ ਲਈ ਜਾ ਸਕਦੀ ਹੈ ਔਰ ਸੈਂਟਰ ਦੇ ਅਧੀਨ ਆਏਗੀ ਪੰਜਾਬ ਯੂਨੀਵਰਸਿਟੀ ਪਹਿਲੇ ਵੱਡੀ ਗੜ ਸੈਂਟਰ ਦੇ ਅਧੀਨ ਆਉਂਦੇ ਔਰ ਹੁਣ ਪੰਜਾਬ ਯੂਨੀਵਰਸਿਟੀ ਸੈਂਟਰ ਦੇ ਅਧੀਨ ਆਏਗੀ ਤਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਦੋਂ ਇਹ ਖਬਰ ਸਾਹਮਣੇ ਆਂਦੀ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਚੰਡੀਗੜ੍ਹ ਕੇਂਦਰ ਨੂੰ ਦਿੱਤਾ ਜਾ ਰਿਹਾ ਹੈ ਹਾਲਾਂਕਿ ਮੰਗ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਸੀ ਉਸ ਤੋਂ ਬਾਅਦ ਕਾਫੀ ਮਾਹੌਲ ਪੱਕਦਾ ਹੈ ਸਿਆਸੀ ਲੀਡਰ ਇਸ ਤੇ ਟਿੱਪਣੀਆਂ ਕਰਦੇ ਨੇ ਪੰਜਾਬ ਪਖੀ ਲੋਗ ਇਸ ਤੇ ਟਿੱਪਣੀਆਂ ਕਰਦੇ ਨੇ ਸੈਂਟਰ ਸਰਵਿਸ ਰੂਲਸ ਲਾਗੂ ਹੁੰਦੇ ਨੇ ਚੰਡੀਗੜ੍ਹ ਦੇ ਵਿੱਚ ਔਰ ਹੁਣ ਪੰਜਾਬ ਯੂਨੀਵਰਸਿਟੀ ਜੋ ਕਿ ਚੰਡੀਗੜ੍ਹ ਦੇ ਵਿੱਚ ਹੈ ਪੰਜਾਬ ਯੂਨੀਵਰਸਿਟੀ ਹੁਣ ਸੈਂਟਰ ਦੇ ਹਵਾਲੇ ਕੀਤੀ ਜਾਏਗੀ ਕਈ ਨਵੀਆਂ ਫੈਸਿਲਿਟੀਆਂ ਦਿੱਤੀਆਂ ਜਾ ਸਕਦੀਆਂ ਨੇ ਔਰ ਜਸਟਿਸ ਰਾਜਬੀਰ ਸਿਰਾਵਤ ਨੇ ਕਿਹਾ ਹੈ ਕਿ ਵੈਸੇ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿਰਫ ਅਫੀਲੀਏਟਿੰਗ ਫੈਸਿਲਿਟੀ ਹੈ ਜੋ ਪੰਜਾਬ ਦੇ ਹੱਥ ਹੈਗੀ ਹੈ ਬਾਕੀ ਕੁਝ ਪੰਜਾਬ ਦੇ ਕੋਲ ਪੰਜਾਬ ਯੂਨੀਵਰਸਿਟੀ ਦਾ ਹਿੱਸਾ ਨਹੀਂ ਹੈ ਇੰਟਰ ਸਟੇਟ ਬਾਡੀ ਤਾਂ ਪਹਿਲੀ ਖਤਮ ਹੋ ਚੁੱਕੀ ਹੈ ਤਾਂ ਇਸ ਲਈ ਸੈਂਟਰ ਦੇ ਹਵਾਲੇ ਇਸ ਨੂੰ ਕਰ ਦਿੱਤਾ ਜਾਣਾ ਚਾਹੀਦਾ ਅਗਲੀ ਚੋਣਵਾਈ ਇਸ ਫੈਸਲੇ ਤੇ 30 ਅਗਸਤ ਨੂੰ ਹੋਣੀ ਔਰ ਕੋਰਟ ਦਾ ਕਹਿਣਾ ਹੈ ਹਾਈ ਕੋਰਟ ਦਾ ਕਹਿਣਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦਾ ਕਹਿਣਾ ਹੈ ਕਿ ਜੋ सेंट्रल गवर्नमेंट ਦਾ ਡਿਸੀਜਨ ਹੈ ਜੋ ਕੇਂਦਰ ਦਾ ਫੈਸਲਾ ਇਸਤੇ ਇੱਕ ਵਾਰ ਅਮਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਇੱਕ ਵਾਰ ਕਰਕੇ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਕੀ ਨਵੇਂ ਬਦਲਾਅ ਹੋ ਸਕਦੇ ਨੇ ਤਾਂ ਪੰਜਾਬ ਯੂਨੀਵਰਸਿਟੀ ਹੁਣ ਪੰਜਾਬ ਦੇ ਹੱਥੋਂ ਜਾਂਦੀ ਹੋਈ ਨਜ਼ਰਦਾਰੀ ਹੈ ਪੰਜਾਬ ਯੂਨੀਵਰਸਿਟੀ ਕੇਂਦਰ ਨੂੰ ਸੌਂਪਣ ਦੀ ਤਿਆਰੀ ਕੀਤੀ ਹੈ ਇਸ ਵਾਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸਤੇ ਫੈਸਲਾ ਸੁਣਾਇਆ ਹੈ ਔਰ 3 ਅਗਸਤ ਨੂੰ ਇਸਤੇ ਦੁਬਾਰਾ ਸੁਣਵਾਈ ਹੋਣੀ ਹੈ ਪਹਿਲੇ ਚੰਡੀਗੜ੍ਹ ਕੇਂਦਰ ਦੇ ਹਵਾਲੇ ਕੀਤਾ ਜਾਂਦਾ ਹੈ ਮਾਹੌਲ ਬੇहद ਪਕਦਾ ਹੈ ਸਿਆਸੀ ਲੀਡਰ ਪੰਜਾਬ ਪੱਕੀ ਲੋਕ ਟਿੱਪਣੀਆਂ ਕਰਦੇ ਨੇ ਔਰ ਹੁਣ ਪੰਜਾਬ ਯੂਨੀਵਰਸਿਟੀ ਜਿਸ ਤੇ ਪੰਜਾਬ ਦਾ ਹੱਕ ਦੱਸਿਆ ਜਾਂਦਾ ਹੈ ਹਾਲਾਂਕਿ ਕੋਰਟ ਦਾ ਕਹਿਣਾ ਹੈ ਹਾਈ ਕੋਰਟ ਦਾ ਕਹਿਨੇ ਕਿ ਪੰਜਾਬ ਦਾ ਹੱਕ ਪਿਛਲੇ ਕਈ ਸਾਲਾਂ ਤੋਂ ਘਟਦਾ ਹੋਇਆ ਨਜ਼ਰ ਆ ਰਿਹਾ ਸਿਰਫ ਐਫੀਲੀਏਟਿੰਗ ਕਾਲਜਸ ਜੋ ਨੇ ਉਹਨਾਂ ਤੇ ਹੀ ਹੱਕ ਹੈ ਬਾਕੀ ਪੰਜਾਬ ਦਾ ਹੱਕ ਪੰਜਾਬ ਯੂਨੀਵਰਸਿਟੀ ਤੇ ਖਿਸਕਦਾ ਹੋਇਆ ਕਈ ਸਾਲਾਂ ਤੋਂ ਨਜ਼ਰ ਆ ਰਿਹਾ ਤਾਂ ਸਹੀ ਹੋਵੇਗਾ ਜੇਕਰ ਕੇਂਦਰ ਦੇ ਹਵਾਲੇ ਪੰਜਾਬ ਯੂਨੀਵਰਸਿਟੀ ਨੂੰ ਕਰ ਦਿੱਤਾ ਜਾਵੇ ਤਾਂ ਲੱਖਾਂ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਂਦੇ ਨੇ ਇੰਟਰ ਸਟੇਟ ਯੂਨੀਵਰਸਿਟੀ ਹੈ ਜਿੱਥੇ ਵੱਖ-ਵੱਖ ਸੂਬਿਆਂ ਤੋਂ ਬੱਚੇ ਆ ਕੇ ਆਪਣੀ ਪੜ੍ਹਾਈ ਪੂਰੀ ਕਰਦੇ ਨੇ ਔਰ ਬੈਸਟ ਇਨਫਰਾਸਟ੍ਰਕਚਰ ਦੱਸਿਆ ਜਾਂਦਾ ਫੈਕਲਟੀ ਦੱਸੀ ਜਾਂਦੀ ਹਾਲਾਂਕਿ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਇਨਫਰਾਸਟ੍ਰਕਚਰ ਵੀ ਕਾਫੀ ਖਰਾਬ ਹੋ ਚੁੱਕਿਆ ਹੈ ਕਾਫੀ ਯੂਨੀਵਰਸਿਟੀ ਦੀਆਂ ਨੁਕਸਾਨੀਆਂ ਗਈਆਂ ਨੇ ਔਰ ਜਦੋਂ ਦਾ ਚੰਡੀਗੜ੍ਹ ਨੂੰ ਕੇਂਦਰ ਦੇ ਹਵਾਲੇ ਕਰਨ ਦਾ ਫੈਸਲਾ ਸਾਹਮਣੇ ਆਉਂਦਾ ਤਾਂ ਬੇਹਦ ਇਸ ਤੇ ਵੀ ਮੁੱਦਾ ਚਰਚਾ ਹੁੰਦੀ ਹੈ ਕਿ ਯੂਨੀਵਰਸਿਟੀ ਦਾ ਕੀ ਬਣੇਗਾ ਤਾਂ ਯੂ ਅਸਤੇ ਹੁਣ ਕੇਂਦਰ ਦੇ حوالے ਹੋ ਸਕਦੀ ਹੈ ਤਾਂ ਜਲਦ ਇਸ ਤੇ ਫੈਸਲਾ ਹਾਈ ਕੋਰਟ ਸੁਣਾ ਸਕਦਾ ਹੈ ਹਾਲਾਂਕਿ ਇੱਕ ਬੈਂਚ ਨੇ ਇਸ ਤੇ ਸੁਣਵਾਈ ਕੀਤੀ ਔਰ ਇਹ ਕਿਹਾ ਕਿ ਸੈਂਟਰ ਗਵਰਨਮੈਂਟ ਜੋ ਕੇਂਦਰ ਦਾ ਫੈਸਲਾ ਹੈ ਇਸ ਤੇ ਅਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇੱਕ ਵਾਰ ਇਸ ਤੇ ਵਿਚਾਰ ਜ਼ਰੂਰ ਕੀਤਾ ਜਾਵੇ ਕਿ ਆਖਿਰ ਕੇਂਦਰ ਅਜਿਹਾ ਕਿਉਂ ਕਰਨਾ ਚਾਹਦਾ ਹੈ ਔਰ ਸੈਂਟਰਲ ਸਰਵਿਸ ਰੂਲਸ ਚੰਡੀਗੜ੍ਹ ਦੇ ਵਿੱਚ ਲਾਗੂ ਹੋ ਚੁੱਕੇ ਨੇ ਪਹਿਲੇ ਪੰਜਾਬ ਦੇ ਰੂਲਸ ਚੰਡੀਗੜ੍ਹ ਦੇ ਵਿੱਚ ਲਾਗੂ ਹੁੰਦੇ ਸੀ ਹੁਣ ਸੈਂਟਰਲ ਸਰਵਿਸ ਰੂਲਸ ਚੰਡੀਗੜ੍ਹ ਦੇ ਵਿੱਚ ਲਾਗੂ ਹੋ ਚੁੱਕੇ ਨੇ ਅਧੋਰੇ ਪੰਜਾਬ ਯੂਨੀਵਰਸਿਟੀ ਨੂੰ ਕਿਚਨ ਦੀ ਤਿਆਰੀ ਹੈ ਤਾਂ ਪੰਜਾਬ ਯੂਨੀਵਰਸਿਟੀ ਪੰਜਾਬ ਤੋਂ ਲਈ ਜਾ ਸਕਦੀ ਹੈ ਵਾਪਸ ਹੋਰ ਪੰਜਾਬ ਯੂਨੀਵਰਸਿਟੀ ਤੇ ਹੁਣ ਕੇਂਦਰ ਦਾ ਹੱਕ ਹੋਵੇਗਾ ਤੇ ਇਸ ਵੇਲੇ ਦੀ ਵੱਡੀ ਖਬਰ ਹਾਲਕਿ ਕਈ ਬਦਲਾਅ ਵੀ ਹੋ ਸਕਦੇ ਨੇ ਜੇਕਰ ਕੇਂਦਰ ਦੇ ਇਟਾ ਕੇਂਦਰ ਦੇ ਦੀਨ ਆਉਂਦੀ ਹੈ ਪੰਜਾਬ ਯੂਨੀਵਰਸਿਟੀ ਪਰ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਇਸ ਤੇ ਵੀ ਵਿਚਾਰ ਹੋਏਗਾ ਚਰਚਾ ਜ਼ਰੂਰ ਹੋਵੇਗੀ ਕਿਉਂਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਆਪਣਾ ਹੱਕ ਜਿਤਾਉਂਦਾ ਹੈ ਤਾਂ ਪੰਜਾਬ ਯੂਨੀਵਰਸਿਟੀ ਹੁਣ ਪੰਜਾਬ ਦੇ ਹੱਥੋਂ ਖਿਸਕਦੀ ਹੋਈ ਨਜ਼ਰ ਆ ਰਹੀ ਔਰ ਕੇਂਦਰ ਦੇ ਹਵਾਲੇ ਕੀਤੀ ਜਾ ਸਕਦੀ ਹੈ ਪੰਜਾਬ ਯੂਨੀਵਰਸਿਟੀ